ਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਗੱਲ ਕਰਾਂਗੇ ਇਸ ਸਕਰੀਨਸ਼ਾਟ ਬਾਰੇ ਕਿ ਇਹ ਸਕਰੀਨਸ਼ਾਟ ਮੈਂ ਕਿਉਂ ਸ਼ੇਅਰ ਕੀਤਾ ਸੀਗਾ ਕੀ ਰੀਜ਼ਨ ਸੀਗਾ ਰੀਜ਼ਨ ਇਦਾਂ ਸੀਗਾ ਕਿ ਇਸ ਮੇਰਾ ਇੱਕ YouTube ਦਾ ਚੈਨਲ ਆ ਜੋ 3 ਸਾਲ ਤੋਂ ਬਣਿਆ ਹੋਇਆ ਤੇ ਮੈਂ ਉਹਦੇ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸੀਗਾ ਤੇ ਜਿਹੜੇ ਬੰਦੇ ਬੰਦੇ ਪਰਸਨਲ ਮੇਰੇ ਨਾਲ ਰਹਿੰਦੇ ਸੀਗੇ ਜਾਂ ਸੀਗੇ ਜਿਨ੍ਹਾਂ ਨੂੰ ਪਤਾ ਸੀ ਇਹ ਚੈਨਲ ਕਮਲ ਦਾ ਹੈ ਜਾਂ ਜਿੱਦਾਂ ਵੀ ਆ ਉਹਨਾਂ ਨੇ ਉੱਥੇ ਜਾ ਕੇ ਕਾਪੀ ਕੀਤੀਆਂ ਵੀਡੀਓ ਤੇ ਆਦੇ YouTube ਚੈਨਲ ਤੇ ਜੜਾਈਆਂ ਤੋਂਦਣਾ ਸਟ੍ਰਾਈਕ ਆ ਗਈਆਂ ਸੀਗੀਆਂ ਤੇ ਮੈਂ ਉਹ ਸਕਰੀਨਸ਼ਾਟ ਅਸਲੀ ਸ਼ੇਅਰ ਕੀਤਾ ਸੀਗਾ ਕਿਉਂਕਿ ਉਹ ਬੰਦਿਆਂ ਨੂੰ ਵੀ ਪਤਾ ਲੱਗੇ ਕਿ ਵੀਡੀਓ ਕਾਪੀ ਕਰਕੇ ਕੁਝ ਨਹੀਂ ਹੋਣਾ ਆਪਦਾ ਕੰਟੈਂਟ ਬਣਾਓ ਕਿਸੇ ਨਾਲ ਹੇਟ ਨਾ ਕਰੋ ਕਿਉਂਕਿ ਹੇਟ ਕਰਾਂਗੇ ਤਾਂ ਕੁਝ ਵੀ ਨਹੀਂ ਘਟਕੇ ਲੈ ਕੇ ਜਾਵਾਂਗੇ ਆਪਦਾ ਕੰਮ ਕਰੋ ਕਮਾਈ ਕਰੋ ਮਿਹਨਤ ਕਰੋ ਮਿਹਨਤ ਕਰੋਗੇ ਤਾਂ ਸਭ ਕੁਝ ਪੱਲੇ ਪੈ ਜੂਗਾ ਜੇ ਨਾ ਕਰੋਗੇ ਤਾਂ ਫਿਰ ਕੁਝ ਵੀ ਨਹੀਂ ਹੋਣਾ ਕਾਪੀ ਕਰਨ ਨਾਲ ਕੀ ਹੋ ਜੂਗਾ ਅੱਜ ਪੱਜੋਗੇ ਕੱਲ੍ਹ ਪੱਜੋਗੇ ਸੋ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਸੀਗਾ ਪਰ YouTube ਨੇ ਤੁਹਾਨੂੰ ਫੜਿਆ ਫੜਿਆ ਸੋ ਤਾਂ ਕਰਕੇ ਮਨ ਨੂੰ ਕਹਿਣਾ ਚਾਹੁੰਦਾ ਨਹੀਂ ਵੀ ਕਹਿਣਾ ਚਾਹੁੰਦਾ ਤੁਸੀਂ ਮਿਹਨਤ ਕਰੋ ਤਰੱਕੀ ਕਰੋ ਆਪਾਂ ਨੂੰ ਕਿਸੇ ਨਾਲ ਕੋਈ ਵੀ ਸਾੜਾ ਨਹੀਂ ਹੈ ਤੁਸੀਂ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਨਾ ਇੰਟਰਫੇਅਰ ਕਰੋ ਤੇ ਆਪਦਾ ਕੰਮ ਕਰੋ ਸਵਾਲ ਲਓ ਚਿੱਲ ਕਰੋ ਠੀਕ ਆ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਮੈਨੂੰ ਫੇਕ ਆਈਡੀ ਬਣਾ ਕੇ ਕਿਸੇ ਨੇ ਕਿਹਾ ਕੀ ਕੀ ਆ ਸਕਰੀਨ ਸ਼ਾਟ ਤੂੰ ਪਾਇਆ ਜਿਹੜਾ ਵੀ Google AdSense ਦਾ ਮੈਂ ਪਾਇਆ ਸੀ ਇੱਕ ਹੋਰ ਵੀ AdSense ਦਾ ਪਾਇਆ ਸੀਗਾ ਸੋ ਉਹਦੇ ਤੇ ਮੈਨੂੰ ਦੋ ਤਿੰਨ ਇੱਕ ਆਈਡੀ ਤੇ ਮੈਸੇਜ ਆਇਆ ਕਿ ਇਹ ਸਕਰੀਨਸ਼ਾਟ ਲੈ ਰਣੀ ਆ ਤੂੰ ਕਾਪੀ ਕਰਕੇ ਪਾਇਆ ਹੋਇਆ ਮਨ ਨੂੰ ਦਿਖਾਣਾ ਚਾਹਨਾ ਕਿ ਇਸ Google AdSense ਮੇਰਾ ਹੀ ਆ ਮੈਨੂੰ ਘੱਟੋ ਘੱਟ ਦੋ Google AdSense ਆਏ ਹੋਇਆ YouTube ਵੀ ਤਰਤੋ ਤੇ ਮਨ ਨੂੰ ਦਿਖਾਣਾ ਚਾਹਨਾ ਕਿ ਆ ਦੇਖ ਲਓ ਮੇਰਾ ਨਾਮ ਲਿਖਿਆ ਆ ਤੇ ਆ Google AdSense ਆ ਸਾਰਾ ਠੀਕ ਆ ਇਹ ਮਿਹਨਤਾਂ ਕੀਤੀਆਂ ਹੋਈਆਂ ਨੇ ਤਿੰਨ ਸਾਲ ਤੋਂ ਕੋਈ ਮਾਝਦਾ ਕੋਈ ਕਿਸੇ ਨਾਲ ਕਾਪੀ ਕਰਕੇ ਨਹੀਂ ਆਇਆ ਇਹ ਮਿਹਨਤਾਂ ਕੀਤੀਆਂ ਹੋਈਆਂ ਨੇ ਤਾਂ ਹੀ ਚੀਜ਼ ਦੇ ਮੁਕਾਮ ਤੇ ਪਹੁੰਚਿਆ ਸੋ ਤੁਸੀਂ ਵੀ ਆਪਣੀ ਮਿਹਨਤ ਕਰੋ ਠੀਕ ਆ ਤੇ ਤਰੱਕੀ ਕਰੋ ਆਪਾਂ ਨੂੰ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂਗਾ ਸੋ ਗਾਇਸ ਮੈਂ ਤੁਹਾਨੂੰ ਲੇਖ ਕਾਲ ਵਰ ਵੀ ਸ਼ੇਅਰ ਕਰਨਾ ਚਾਹੁੰਦਾ ਜਿਹੜਾ ਮੈਂ ਹੁਣ ਇੱਕ ਹੀ ਡ੍ਰੀਮ ਵਲੋਗ ਵਾਲਾ ਚੈਨਲ ਬਣਾਇਆ ਹੈ ਤੇ ਉਹਦੇ ਤੇ ਮੈਂ ਹਜੇ ਇੱਕ ਹਫਤਾ ਹੀ ਹੋਇਆ ਸੀਗਾ ਮੈਂੰਤ ਕਰਦੇ ਨੂੰ ਸੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਪਹਿਲਾਂ ਮੇਰੇ ਉਮੀਦ ਸੀਗਾ ਕਿ ਜੇ ਮੈਂ ਇੱਕ ਹਫਤੇ ਵਿੱਚ ਨਾ ਰਿਸਪੌਂਸ ਦਿੱਤਾ ਨਾ ਪਿਆਰ ਆਇਆ ਸੋ ਮੈਂ ਚੈਨਲ ਬੰਦ ਕਰਦਾਗਾ ਜੋ ਮੈਂ ਉਹਦਾ ਪਰਸਨਲੀ ਕੰਮ ਕਰ ਰਿਹਾ ਉਹ ਹੀ ਕੰਟੀਨਿਊ ਰੱਖਾਂਗਾ ਸੋ ਤੁਸੀਂ ਮੈਨੂੰ ਬਹੁਤ ਦਿਲੋਂ ਪਿਆਰ ਦਿੱਤਾ ਤੇ ਆਪਾਂ ਕੰਟੀਨਿਊ ਇੰਦੇ ਤੇ ਬਲੌਗ ਰੱਖਾਂਗੇ ਤੇ ਤੁਸੀਂ ਆਪ ਦਾ ਦਿਲੋਂ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਆ ਹੁਣੇ ਹੀ ਕਰੋ ਦੱਬ ਕੇ ਕਰੋ ਠੀਕ ਆ ਤੇ ਸ਼ੇਅਰ ਕਰੋ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਜੇ ਥਿਸ ਲਾਈਕ ਕਰਨਾ ਹੈ ਤਾਂ ਵੀ ਕਰੋ ਗਾਇਜ਼ ਮੈਨੂੰ ਕਿਸੇ ਨਾਲ ਹੀ ਪਰਸਨਲ ਰੀਹੇਟ ਨਹੀਂਗਾ ਸੋ ਆਪਾਂ ਮਿਲਦੇ ਆ ਨੈਕਸਟ ਬਲੌਗ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਲੜਾਈ ਚ ਕੋਈ ਫਾਇਦਾ ਨਹੀਂ ਪੈਲੀਆਂ ਦੀ ਥੌੜ ਨਹੀਂ ਪਹਿਲਾਂ ਵੀ ਦੱਸਿਆ ਸਾਨੂੰ ਲੋੜ ਨਹੀਂ ਆਪਣਾ ਕੰਮ ਕਰੋ ਸਵਾਦ ਲੋ ਇੱਕ ਲਾਈਫ ਆ ਯਾਰ ਗੂਡ ਬਾਏ work hard don't worry about the haters kehange avne saf balleye